हलचल टूडे देख रहे तमाम दर्शकों का स्वागत है। मैं कीर्ति कहते हैं कि जिंदगी दे विच औरत दी बहुत ज़्यादा एक भूमिका होंदी है ते औरत नू बाबा नानक ने भी कहा सीगा कि सो क्यों मंदा आखिए जित जमे राजा कि जेदी कुखों बड़े होनहार ते बड़े ओह लोग पैदा होए ने जेडे कुछ ना कुछ दुनिया ते सिरजदे जरूर ने ते वखरा कुछ करके दिखाउंदे ने ते जदों एक औरत ओह जिहा मिसालां कायम कर दिंदी है ओह जी एक चीज़ सिरज दिंदी है ते वाकई लगदा है कि औरत जेड़ी आ किसे तो घट नहीं आ। चाहे अज किताबां दे विच लिखिया आउंदा है कि इक्वैलिटी जेड़ी आ ओह औरत ते मर्द दी दोनां दी एक आ, पर हौली हौली जदों असीं पूरा इतिहास नूं जाणदे आं कि पहला दौर दे विच की हुंदा आ औरत दे नाल ते हुण दे दौर दे विच वी औरत नूं किहड़ियां चीज़ां जिहड़ियां सहणियां पैंदियां ने, किहड़ियां चीज़ां किहड़ियां चुनौतियां जिहड़ियां ने एकदम उहदे अग्गे अग्गे खड़ जांदियां ने कि किवें उहने राह चुनणा है, किवें उहने अगाह वधणा है जां उहदी जिहड़ी सोच आ अगाह वधू उहनूं किवें रोकणा है। इह सारियां चुनौतियां उहदे सामणे एकदम खड़ियां हुंदियां ने पर उहनां चुनौतियां नूं पार कर जाणा इह कोई विरली औरत हुंदी है, क्योंकि औरत दे विच बहुत पावर हुंदी है कि औरत ने किहदे कोल ਕਿਹੜੀ ਗੱਲ ਮਨਾਉਣੀ ਆ ਜਾਂ ਕਿਹੜੀ ਉਹਨੇ ਜੇ ਠਾਣ ਲਈ ਆ ਕਿ ਉਹਨੇ ਆਹ ਕਰਨਾ ਤੇ ਉਹਨੇ ਕਰਨਾ ਹੀ ਆ, ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਆ ਉਹ ਰੋਕ ਨਹੀਂ ਸਕਦੀ, ਚਾਹੇ ਜਿੰਨੀਆਂ ਵੀ ਮੁਸ਼ਕਲਾਂ ਜਿਹੜੀਆਂ ਚਾਹੇ ਜਿੰਨੀਆਂ ਵੀ ਔਂਕੜਾਂ ਉਹਦੇ ਅੱਗੇ ਆ ਕੇ ਖੜ ਜਾਣ ਉਹਨੂੰ ਸਾਰੀਆਂ ਔਂਕੜਾਂ ਜਿਹੜੀਆਂ ਨੇ ਥੋੜੀਆਂ ਛੋਟੀਆਂ ਛੋਟੀਆਂ ਲੱਗਦੀਆਂ ਨੇ ਪਰ ਉਹ ਔਂਕੜਾਂ ਨੂੰ ਪਾਰ ਕਰਕੇ ਇੱਕ ਜਿਹੜੀ ਕਾਮਯਾਬੀ ਦੀ ਬੁਲੰਦੀ ਹੈ ਉਹ ਜ਼ਰੂਰ ਹਾਸਲ ਕਰਦੀ ਹੈ। ਸੋ ਉਹ ਹੀ ਔਰਤ ਸਪੋਰਟਸ ਕਿਤੇ ਦੀ ਸਾਡੇ ਨਾਲ ਹੈ ਕਮਲਜੀਤ ਜੀ। ਸੋ ਉਹਨਾਂ ਦਾ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ। ਕਮਲਜੀਤ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮੈਮ। ਕਿੱਦਾਂ ਠੀਕ ਠਾਕ ਹੋ ਕਿਉਂਕਿ ਕੋਵਿਡ ਦਾ ਦੌਰ ਚੱਲ ਰਿਹਾ? ਬਹੁਤ ਵਧੀਆ ਕੀਤੀ ਜੀ। ਇਹ ਪਰ ਮੈਂ ਨਾ ਪਹਿਲਾਂ ਤਾਂ ਮਾਫੀ ਹੈ ਕਿ ਅਸੀਂ ਥੋੜ੍ਹਾ ਲੇਟ ਤੁਹਾਡੇ ਕੋਲ ਆਏ ਸੀਗੇ ਅਤੇ ਤੁਸੀਂ ਬੜੀ ਦੇਰ ਦੇ ਸਾਡਾ ਇੰਤਜ਼ਾਰ ਕਰ ਰਹੇ ਸੀ, ਐਡੀ ਦੂਰੋਂ ਲੰਬਾ ਸਫ਼ਰ ਤੈਅ ਕਰਕੇ ਆਏ ਅਤੇ ਉਹਦੇ ਦੌਰਾਨ ਸਾਰੀਆਂ ਚੀਜ਼ਾਂ, ਪਹਿਲਾਂ ਤਾਂ ਸਫ਼ਰ ਕਿਵੇਂ ਦਾ ਰਿਹਾ? ਮੈਨੂੰ ਤਾਂ ਪਹਿਲਾਂ ਉਹ ਦੱਸੋ ਵੀ ਸਫ਼ਰ ਸਹੀ ਸੀ ਤੁਹਾਡਾ? ਸਫ਼ਰ ਬਹੁਤ ਵਧੀਆ ਰਿਹਾ ਜੀ। ਕਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਕਿਵੇਂ ਸੋਚਿਆ ਕਮਲਜੀਤ ਨੇ ਕਿ ਮੈਂ ਸਪੋਰਟਸ ਕਿੱਤੇ ਨੂੰ ਚੁਣਨਾ? ਹੋਰ ਵੀ ਬਹੁਤ ਸਾਰੇ ਕਿੱਤੇ ਹੁੰਦੇ ਨੇ ਸਪੈਸ਼ਲੀ ਕੁੜੀਆਂ ਦੇ ਲਈ, ਸਪੋਰਟਸ ਕਿੱਤੇ ਕਿਉਂ ਖਾਸ ਤੌਰ ਤੇ ਚੁਣਿਆ ਗਿਆ ਕਮਲਜੀਤ ਵੱਲੋਂ? ਮੈਂ ਨਾ ਬਚਪਨ ਤੋਂ ਹੀ ਪਹਿਲਾਂ ਸਪੋਰਟਸ ਦੇ ਵਿੱਚ ਸੀ, ਜਦੋਂ ਮੈਂ ਪ੍ਰਾਇਮਰੀ ਵਿੱਚ ਪੜ੍ਹਦੀ ਸੀ ਉਦੋਂ ਵੀ, ਹਾਈ ਦੇ ਵਿੱਚ ਵੀ, ਔਰ ਮੇਰੀ ਜਿਹੜੀ ਨੈਸ਼ਨਲ ਕਬੱਡੀ ਸੀਗੀ ਉਹ ਬਹੁਤ ਅੱਛੀ ਸੀਗੀ, ਜਿਹਦੇ ਵਿੱਚ ਮੈਂ ਸਟੇਟ, ਨੈਸ਼ਨਲ ਲੈਵਲ, ਵਰਲਡ ਲੈਵਲ ਤੱਕ ਖੇਡੀ ਹਾਂ। ਨੈਸ਼ਨਲ ਤੋਂ ਮੈਂ ਕਲਕੱਤਾ ਸੀ, ਜਿਹੜਾ ਮੇਰਾ ਵਰਲਡ ਲੈਵਲ ਦਾ ਸੀਗਾ ਉਹ ਦਿੱਲੀ ਫਰੀਦਾਬਾਦ ਹੋਇਆ ਸੀਗਾ। ਉਹ ਮੈਂ 2012 'ਚ ਖੇਡੀ ਸੀ ਜਦੋਂ ਮੈਂ HDFC ਬੈਂਕ ਵਿੱਚ ਜੋਬ ਕਰਦੀ ਸੀਗੀ। ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਮਤਲਬ ਕਿ ਮੇਰੀ ਇਹ ਗੇਮ ਸੀ ਮੈਂ ਇਹਨੂੰ ਬੰਦ ਕਰ ਦਿੱਤਾ ਸੀਗਾ। ਕੁਛ ਫਾਈਨੈਂਸ਼ਲੀ ਕੰਡੀਸ਼ਨਸ ਹੋ ਗਈਆਂ, ਘਰ ਵਿੱਚ ਥੋੜ੍ਹੀ ਬਹੁਤੀ ਪ੍ਰੋਬਲਮਸ ਹੀ ਹੋ ਗਈ, ਕੁਛ ਮੇਰਾ ਮੋਟਿਵ ਹੋਰ ਸੀਗਾ ਥੋੜ੍ਹਾ ਜਿਹਾ ਬਾਹਰ ਬੂਰ ਦਾ ਸੀਗਾ, ਉਹਦਾ ਕਰਕੇ ਹੌਲੀ ਹੌਲੀ ਮੈਂ ਇੱਕ ਪ੍ਰਾਈਵੇਟ ਜੋਬ ਕਰਦੀ ਰਹੀ। PNB ਮੈਟ ਲਾਈਫ ਦੇ ਵਿੱਚ ਮੈਂ ਜੋਬ ਕੀਤੀ ਆ ਇੰਸ਼ੋਰੈਂਸ ਸੈਕਟਰ 'ਚ। ਉਸ ਤੋਂ ਬਾਅਦ 2000 ਜਿਸ ਤਰ੍ਹਾਂ ਹੁਣ 15 ਆ ਗਿਆ, 16 ਆ ਗਿਆ, ਇਸ ਤੋਂ ਖਤਮ ਹੋਣ ਤੋਂ ਬਾਅਦ ਮੈਂ ਚੰਡੀਗੜ੍ਹ ਚਲੇ ਗਈ ਸੀ। ਚੰਡੀਗੜ੍ਹ ਇੱਕ ਨੈੱਟਵਰਕਿੰਗ ਕਰਦੀ ਸੀਗੀ, ਨੈੱਟਵਰਕਿੰਗ ਕਰਨ ਦੇ ਨਾਲ ਨਾਲ ਮੈਨੂੰ ਮਤਲਬ ਕਿ ਉੱਥੇ ਇੱਕ ਸਪੋਰਟਸ ਦੀ ਲਾਈਨ ਦੇ ਲਈ ਇੱਕ ਲੜਕੀ ਮਿਲੀ। ਪਰ ਕਮਲਜੀਤ ਜੀ ਮੈਂ ਤੁਹਾਡੀ ਗੱਲ ਨੂੰ ਕੱਟ ਰਹੀ ਹਾਂ, ਪਰ ਲੱਗਦਾ ਨਹੀਂ ਕਿ ਪਹਿਲਾਂ ਉਹਨੂੰ ਇੱਕ ਕਿੱਤੇ 'ਚ ਰਹਿਣਾ, ਸਕੂਲ ਟਾਈਮ ਤੱਕ ਰਹਿਣਾ, ਉਹਨੂੰ ਪਕੜ ਰੱਖਣੀ ਉਹਦੇ 'ਤੇ, ਫਿਰ ਉਹਨੂੰ ਛੱਡ ਦੇਣਾ, ਜੋਬ ਲਾਈਨ 'ਚ ਆ ਜਾਣਾ। ਜਦੋਂ ਇਨਸਾਨ, ਹਰ ਕੋਈ ਆ, ਚਾਹੇ ਮੈਂ ਆ ਚਾਹੇ ਤੁਸੀਂ ਹੋ, ਜਦੋਂ ਅਸੀਂ ਜੋਬ ਲਾਈਨ 'ਚ ਆ ਜਾਂਦੇ ਅਸੀਂ ਬਾਕੀ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਸਾਨੂੰ ਲੱਗਦਾ ਹੁੰਦਾ ਵੀ ਨਹੀਂ, ਹੁਣ ਪੈਸਾ, ਮੇਰਾ ਮਕਸਦ ਸਿਰਫ ਪੈਸਾ ਕਮਾਉਣਾ ਰਹਿ ਗਿਆ, ਮੈਂ ਆਪਣੀ ਫੈਮਿਲੀ ਨੂੰ ਚਲਾਉਣਾ ਆ ਬਸ, ਇਸ ਤੋਂ ਇਲਾਵਾ ਮੈਂ ਕੁਛ ਨਹੀਂ ਕਰਨਾ ਚਾਹੁੰਦੀ। ਹੁਣ ਜੋ ਹੋਣਾ ਸੀ ਜ਼ਿੰਦਗੀ ਦੇ ਵਿੱਚ ਉਹ ਹੋ ਗਿਆ, ਅਤੇ ਮਤਲਬ ਤੁਸੀਂ ਕਿਵੇਂ ਆਪਣੇ ਆਪ ਨੂੰ ਦੇਖਿਆ ਵੀ ਨਹੀਂ ਜੇ ਮੈਂ ਜੋਬ ਕਰਦੀ ਹਾਂ ਤੇ ਜੋਬ ਦੇ ਨਾਲ ਮੈਨੂੰ ਆਪਣਾ ਸ਼ੌਂਕ ਜਿਹੜਾ ਪੂਰਾ ਕਰਨਾ ਚਾਹੀਦਾ, ਉਹ ਕਿਵੇਂ ਕੀਤਾ? ਮੈਮ ਐਕਚੁਲੀ ਮੇਰਾ ਬਚਪਨ ਤੋਂ ਇਹ ਸੁਪਨਾ ਸੀ ਕਿ ਮੈਂ ਸਪੋਰਟਸ ਨੂੰ ਨਹੀਂ ਛੱਡ ਸਕਦੀ, ਉਹਦੇ ਲਈ ਮੈਨੂੰ ਕੋਈ ਨਾ ਕੋਈ ਰਸਤਾ ਚਾਹੀਦਾ ਸੀਗਾ। ਉਹ ਰਸਤਾ ਲੱਭਣ ਦੇ ਲਈ ਮੈਂ ਇੱਕ ਪ੍ਰਾਈਵੇਟ ਜੋਬ ਕਰਦੀ ਸੀ, ਇੱਧਰ ਉੱਧਰ ਜਾਂਦੀ ਸੀਗੀ, ਹੌਲੀ ਹੌਲੀ ਲੋਕਾਂ ਨੂੰ ਮਿਲਦੀ ਸੀਗੀ, ਜਿਸ ਦੇ ਵਿੱਚੋਂ ਮੈਨੂੰ ਇੱਕ ਲਾਸਟ ਵਿੱਚ ਇੱਕ ਰਸਤਾ ਮਿਲਿਆ। ਮੇਰੀ ਫਰੈਂਡ ਮਿਲੀ ਚੰਡੀਗੜ੍ਹ ਨੈੱਟਵਰਕਿੰਗ ਦੇ ਵਿੱਚ, ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਇੱਦਾਂ ਕਿੱਦਾਂ ਆਏ ਆ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਵੀ ਜੋਬ ਕਰਦੀ ਸੀ, ਜੋਬ ਵਿੱਚ ਥੋੜ੍ਹੀਆਂ ਜਿਹੜਾ ਪ੍ਰੋਬਲਮ ਆ ਜਾਂਦੀਆਂ ਵਾਂ, ਇੰਸ਼ੋਰੈਂਸ ਸੈਕਟਰ ਦੇ ਵਿੱਚ ਆ ਰਹੀਆਂ ਵਾਂ, ਇਸ ਕਰਕੇ ਮੈਂ ਸੋਚਿਆ ਕਿ ਮੈਂ ਕੁਛ ਹੋਰ ਕਰ ਲਾਂ। ਉਹ ਕਹਿੰਦੇ ਤੁਸੀਂ ਪਹਿਲਾਂ ਕੀ ਕਰਦੇ? ਮੈਂ ਕਿਹਾ ਮੈਂ ਸਪੋਰਟਸ ਲਾਈਨ ਵਿੱਚ ਸੀ। ਉਹਨਾਂ ਨੇ ਕਿਹਾ ਵੀ ਹੁਣ ਜਿਸ ਤਰ੍ਹਾਂ ਦਾੜਾ ਆਪਣੇ ਆਉਂਦੀਆਂ ਵਗਾ, ਤੁਸੀਂ ਇੱਦਾਂ ਕਰੋ ਵੀ ਆਪਣੇ ਕੋਲ ਇੱਕ ਮੈਰਾਥਨ ਆ ਰਹੀ ਆ, ਤੁਸੀਂ ਉਹਨੂੰ ਮਤਲਬ ਕਿ ਫਿਲ ਕਰੋ। ਉਹਨਾਂ ਨੇ ਰਾਤ ਮੇਰਾ ਫੋਰਮ ਫਿਲ ਕਰਵਾਇਆ ਔਨਲਾਈਨ, ਔਰ ਇੱਕ ਹਫ਼ਤਾ ਸੀ ਜਿਹਦੇ ਵਿੱਚ ਮੇਰੀ ਕੋਈ ਟ੍ਰੇਨਿੰਗ ਵੀ ਨਹੀਂ ਸੀ ਹੈਗੀ, ਔਰ 10 ਕਿਲੋਮੀਟਰ ਦੀ ਚੁਣੌਤੀ ਸੀ ਮੇਰੇ ਲਈ। ਉਹ ਫਸਟ ਟਾਈਮ ਮੈਂ ਗਈ ਹਾਂ, ਮੈਨੂੰ ਕੁਛ ਨਹੀਂ ਸੀ ਪਤਾ ਵੀ ਉਸ ਦੌੜ ਨੂੰ ਅਸੀਂ ਕਿਸ ਤਰ੍ਹਾਂ ਲਗਾਉਣਾ ਵਾ, ਕਿਸ ਤਰ੍ਹਾਂ ਸਟਾਰਟਿੰਗ ਕਰਨੀ ਆ, ਕੀ ਉਹਦਾ ਐਂਡ ਹੋਏਗਾ। ਮੈਂ ਉੱਥੇ ਗਈ ਹਾਂ ਮੋਹਾਲੀ ਦੇ ਵਿੱਚ, ਮੋਹਾਲੀ ਵਿੱਚ ਜਾ ਕੇ ਮੈਨੂੰ ਉਹ ਬਿਬ ਨੰਬਰ ਮਿਲਿਆ, ਇੱਕ ਟੀ ਸ਼ਰਟ ਮਿਲੀ, ਔਰ ਪਹਿਲੀ ਵਾਰ ਜਦੋਂ ਮੈਂ ਸੁਬਾਹ ਗਈ ਸੀ ਸਵੇਰੇ, ਮੈਂ ਕੈਬ ਕਰਕੇ ਗਈ ਸੀਗੀ, ਔਰ ਉੱਥੇ ਜਾ ਕੇ ਕੈਬ ਕਰਕੇ ਜਦੋਂ ਮੈਂ ਗਈ ਹਾਂ, ਪਹੁੰਚੀ ਹਾਂ, ਬਹੁਤ ਸਾਰੇ ਲੋਕਾਂ ਦਾ ਮੈਂ ਉੱਥੇ ਇਕੱਠ ਜੋੜ ਦੇਖਿਆ, ਜਿਹਦੇ ਵਿੱਚ ਮੈਨੂੰ ਲੱਗਾ ਕਿ ਇੱਥੇ ਕੁਛ ਹੈਗਾ ਵਾ। ਉਹ ਮੇਰੀ ਫਸਟ ਦੌੜ ਸੀਗੀ 2018 11 ਫੈਬਰ ਨੂੰ ਮੋਹਾਲੀ ਦੇ ਵਿੱਚ।
ਜਿੱਦਾਂ ਤੁਸੀਂ ਕਹਿੰਦੇ ਕਿ ਜਦੋਂ ਮੈਂ ਗਈ ਸੀਗੀ ਤੇ ਮੈਨੂੰ ਕੁਝ ਵੀ ਨਹੀਂ ਸੀ ਪਤਾ ਮੈਂ ਬਲੈਂਕ ਸੀਗੀ ਨਾ ਕਿ ਕਿਵੇਂ ਦੌੜਨਾ ਟਰੈਕ ਤੇ ਕਿਵੇਂ ਦੌੜਨਾ ਨਾ ਪਰ ਲੱਗਾ ਨਹੀਂ ਮਨ ਦੇ ਵਿੱਚ ਕਿ ਨਹੀਂ ਯਾਰ ਮੇਰੇ ਤੋਂ ਬਹੁਤ ਦਿੱਗਜ ਲੋਕ ਇੱਥੇ ਆਏ ਹੋਏ ਨੇ ਕਿਉਂਕਿ ਸਮ ਟਾਈਮ ਹੁੰਦਾ ਨਾ ਅਸੀਂ ਦੂਸਰਿਆਂ ਤੋਂ ਆਪਣੇ ਆਪ ਨੂੰ ਛੋਟਾ ਸਮਝਣ ਲੱਗ ਜਾਂਦੇ ਘੱਟ ਸਮਝਣ ਲੱਗ ਜਾਂਦੇ ਜਾਂ ਤੁਹਾਡੇ 'ਚ ਸੈਲਫ ਕੌਨਫੀਡੈਂਸ ਇੰਨਾ ਸੀਗਾ ਜਾਂ ਲੱਗਦਾ ਸੀ ਵੀ ਨਹੀਂ ਮੈਂ ਕਰਨ ਆਈ ਹਾਂ ਤਾਂ ਕੁਛ ਕਰਕੇ ਕਮਲਜੀਤ ਨੇ ਜਾਣਾ ਅੱਜ ਮੈਮ ਕਦੇ ਵੀ ਮੈਂ ਗੇਮ ਦੇ ਵਿੱਚ ਡਰਦੀ ਨਹੀਂ ਸੀ ਜਦੋਂ ਮੈਂ ਉੱਥੇ ਗਈ ਸੀ ਨਾ ਮੈਨੂੰ ਇਹ ਜ਼ਰੂਰ ਲੱਗ ਰਿਹਾ ਸੀ ਕਿ ਇੰਨੇ ਜ਼ਿਆਦਾ ਲੋਕ ਆ ਇਹ ਕਿੱਦਾਂ ਕਰਦੇ ਆ ਕਿੱਦਾਂ ਜਾਂਦੇ ਆ ਜਦੋਂ ਸਟਾਰਟਿੰਗ ਹੋਈ ਉਹਨਾਂ ਦੇ ਮੈਂ ਪਿੱਛੇ ਗਈ ਹਾਂ ਬੈਕ ਜਾਂਦੇ ਆਉਂਦਾ ਮੇਰਾ ਉਸ ਟਾਈਮ 7 ਨੰਬਰ ਆਇਆ ਸੀਗਾ ਫਸਟ ਵਾਰੀ 1 ਘੰਟਾ 10 ਮਿੰਟ ਦੇ ਵਿੱਚ ਮੈਂ 10 ਕਿਲੋਮੀਟਰ ਪੂਰੀ ਕੀਤੀ ਸੀ ਨੈਕਸਟ ਉਸ ਤੋਂ ਗਾੜੀ ਸਟੈਪ ਮੇਰਾ ਜਿਹੜਾ ਸੀ ਉਹ ਸ਼ੁਰੂ ਹੋ ਚੁੱਕਾ ਸੀਗਾ ਸੈਕਿੰਡ ਦੌੜ ਮੇਰੀ ਗਿੱਦੜਬਾਹੀ ਹੋਈ ਸੀਗੀ ਗਿੱਦੜਬਾਹੀ ਦੇ ਵਿੱਚ ਮੇਰਾ ਫਸਟ ਪ੍ਰਾਈਜ਼ ਆਇਆ ਸੀਗਾ ਉਹ ਮੈਂ ਉੱਥੇ ਵਿਨ ਕੀਤਾ ਸੀਗਾ ਉਸ ਟਾਈਮ ਸਾਨੂੰ ਕੈਸ਼ ਪ੍ਰਾਈਜ਼ ਸਰਟੀਫਿਕੇਟ ਐਂਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਨੈਕਸਟ ਮੇਰੀ ਚੰਡੀਗੜ੍ਹ ਵਿੱਚ ਨੈਸ਼ਨਲ ਸੀਗੀ ਉਹਦੇ ਵਿੱਚ ਮੈਨੂੰ ਸ਼ਮਸ਼ੇਰ ਸਿੰਘ ਜੀ ਸੀ ਮੋਹਾਲੀ ਤੋਂ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਕਮਲਜੀਤ ਇੱਥੇ ਨੈਸ਼ਨਲ ਦੌੜਾਂ ਹੋ ਰਹੀਆਂ ਵਾ ਤੁਸੀਂ ਉਹਦੇ ਵਿੱਚ ਜ਼ਰੂਰ ਹਿੱਸਾ ਲਓ ਜਿਸ ਦੇ ਵਿੱਚ ਮੈਂ ਬਿਨਾਂ ਟ੍ਰੇਨਿੰਗ ਤੋਂ 100 ਮੀਟਰ 500 ਮੀਟਰ ਉਹਦੇ ਵਿੱਚ ਮੈਂ 3 ਦੌੜਾਂ ਕੀਤੀਆਂ ਸੀਗੀਆਂ 1 200 ਮੀਟਰ ਦੀ ਸੀ ਔਰ ਮੇਰਾ ਫਸਟ ਵਾਰੀ ਉੱਥੇ ਬਰੌਨ ਆਇਆ ਸੀਗਾ ਬਰੌਨ ਮੈਡਲ ਆਇਆ ਸੀਗਾ ਅਤੇ ਪਰ ਮੈਨੂੰ ਉਹ ਬਹੁਤ ਵਧੀਆ ਲੱਗਾ ਉਸ ਤੋਂ ਅਗਾਂਹ ਮੇਰਾ ਹੌਲੀ ਹੌਲੀ ਜਿਹੜਾ ਸਟੈਪ ਸੀ ਉਹ ਅੱਗੇ ਵੱਧਦਾ ਗਿਆ ਫਿਰ ਨੈਕਸਟ ਜਿਹੜੀ ਮੇਰੀ ਸੀ ਉਹ ਜੈਪੁਰ ਵਿੱਚ ਨੈਸ਼ਨਲ ਹੋਈ ਸੀਗੀ ਉਸ ਤੋਂ ਬਾਅਦ ਦੇਹਰਾਦੂਨ ਫਿਰ ਦਿੱਲੀ ਦੇ ਵਿੱਚ ਐਂਡ ਜੰਮੂ ਦੇ ਵਿੱਚ ਅਸੀਂ ਗੱਲ ਕਰੀਏ ਕਿ ਸਮ ਟਾਈਮ ਇੱਦਾਂ ਹੁੰਦਾ ਕਿ ਜਦੋਂ ਤੁਸੀਂ ਤਾਂ ਚਲੋ ਪਰਮਾਤਮਾ ਦਾ ਤੁਹਾਡੇ ਤੇ ਆਸ਼ੀਰਵਾਦ ਰਿਹਾ ਕਿ ਤੁਸੀਂ ਉਹ ਜਰਨੀ ਨੂੰ ਤੈਅ ਕਰਦੇ ਰਹੇ ਵੀ ਤੁਸੀਂ ਜਿੱਤਦੇ ਵੀ ਰਹੇ ਹੋ ਹਨਾ ਪਰ ਕਈ ਵਾਰੀ ਹੁੰਦਾ ਕਿ ਸਪੈਸ਼ਲੀ ਬੱਚੇ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਕਈ ਵਾਰੀ ਹਾਰ ਪਸੰਦ ਨਹੀਂ ਕਰਦੇ ਸਾਨੂੰ ਆਪਣੀਆਂ ਕਮੀਆਂ ਪਸੰਦ ਨਹੀਂ ਹੁੰਦੀਆਂ ਸੁਣਨੀਆਂ ਸਾਨੂੰ ਆਪਣੀ ਹਾਰ ਪਸੰਦ ਨਹੀਂ ਆਉਂਦੀ ਅਸੀਂ ਐਕਸੈਪਟ ਨਹੀਂ ਕਰ ਪਾਉਂਦੇ ਵੀ ਹਾਂ ਮੈਂ ਹਾਰ ਗਿਆ ਕੀ ਲੱਗਦਾ ਕਿ ਹਾਰ ਨੂੰ ਕਿਵੇਂ ਸਵੀਕਾਰ ਕਰਨਾ ਚਾਹੀਦਾ ਤੇ ਜਿੱਤ ਤਾਂ ਸਵੀਕਾਰ ਹਰ ਕੋਈ ਕਰਦਾ ਹੈ ਨਾ ਮੈਮ ਦੇਖੋ ਜੇ ਅਸੀਂ ਖੇਡਾਂਗੇ ਨਹੀਂ ਤਾਂ ਸਾਨੂੰ ਹਾਰ ਜਿੱਦਾਂ ਕਿੱਦਾਂ ਪਤਾ ਲੱਗੇਗਾ ਅਸੀਂ ਹਾਰਾਂਗੇ ਤਾਂ ਸਾਨੂੰ ਉਸ ਤੋਂ ਪਤਾ ਲੱਗੇਗਾ ਕਿ ਅਸੀਂ ਉਹਦੀ ਕਿੰਨੀ ਤਿਆਰੀ ਕਰਨੀ ਆ ਕਿੰਨੀ ਇੰਪਰੂਵਮੈਂਟ ਹੁੰਦੀ ਆ ਅਗਰ ਅੱਜ ਮੇਰਾ 3ਜਾ ਨੰਬਰ ਆਇਆ ਜਾਂ 4ਥਾ ਨੰਬਰ ਆਇਆ ਤਾਂ ਨੈਕਸਟ ਮੇਰਾ ਇੱਕ ਇਹ ਪੱਕਾ ਟਾਰਗੇਟ ਸੀ ਕਿ ਮੈਂ ਅਗਲੀ ਵਾਰ ਨੂੰ ਮੈਂ ਗੋਲਡ ਲੈਣਾ ਵਾ ਤਾਂ ਨੈਕਸਟ ਮੇਰਾ ਗੋਲਡ ਸੀ ਕਿਉਂਕਿ ਉਨੀ ਹੀ ਸਾਨੂੰ ਵੱਧ ਪ੍ਰੈਕਟਿਸ ਕਰਨੀ ਪੈਂਦੀ ਆ ਦੇਖ ਦੇਖ ਕੇ ਮੋਟੀਵੇਸ਼ਨ ਮਿਲਣੀ ਆ ਈਰਖਾ ਨਹੀਂ ਕਰਨੀ ਚਾਹੀਦੀ ਸਾਨੂੰ ਕਿ ਮੈਂ ਕਿਉਂ ਹਾਰ ਗਿਆ ਚਾਹੇ ਅਗਲਾ ਕਿਉਂ ਜਿੱਤ ਗਿਆ ਉਹ ਚੀਜ਼ ਗਲਤ ਆ ਕਿਉਂਕਿ ਸਾਨੂੰ ਇੱਕ ਦੂਜੇ ਨੂੰ ਹੌਸਲਾ ਦੇਣਾ ਚਾਹੀਦਾ ਵਾ ਅੱਜ ਉਹ ਜਿੱਤਿਆ ਵਾ ਕੱਲ ਨੂੰ ਸ਼ਾਇਦ ਹੋ ਸਕਦਾ ਸਾਡੀ ਵਾਰੀ ਵੀ ਆ ਜਾਊਗੀ ਮਤਲਬ ਪੋਜ਼ਿਟਿਵ ਰਹਿਣਾ ਬੜਾ ਜ਼ਰੂਰੀ ਹੈ ਕਿ ਸਪੋਰਟਸ ਦੇ ਲਈ ਸਪੋਰਟਸ ਵਿੱਚ ਬਿਲਕੁਲ ਬੇਈਮਾਨੀ ਨਹੀਂ ਹੋਣੀ ਚਾਹੀਦੀ ਮਨ ਵਿੱਚ ਮਤਲਬ ਤੁਹਾਨੂੰ ਇਦਾਂ ਲੱਗਣਾ ਚਾਹੀਦਾ ਸਾਹਮਣੇ ਬੰਦਾ ਖੜਾ ਉਹ ਵੀ ਤੁਹਾਡਾ ਆਪਣਾ ਜਿੱਦਾਂ ਹੁਣ ਬੇਈਮਾਨੀ ਦੀ ਗੱਲ ਕੀਤੀ ਹੈ ਨਾ ਮਤਲਬ ਬਹੁਤ ਸਾਰੀਆਂ ਚਰਚਾਵਾਂ ਵੀ ਇਹ ਹੁੰਦੀਆਂ ਨੇ ਕਿ ਪਾਰਸ਼ਲਿਟੀ ਬੜੀ ਹੁੰਦੀ ਹੈ ਬੱਚਿਆਂ ਦੇ ਨਾਲ ਇਹ ਪ੍ਰਾਈਜ਼ ਕਿਸੇ ਦਾ ਹੁੰਦਾ ਦੇ ਕਿਸੇ ਨੂੰ ਦਿੱਤਾ ਜਾਂਦਾ ਉਹਨੂੰ ਕਿਵੇਂ ਦੇਖਦੇ ਹੋ ਮੈਮ ਚੱਲਦਾ ਸਾਰਾ ਕੁਝ ਹੀ ਆ ਇਹ ਤਾਂ ਜੜ ਟੱਕਰ ਚੱਲਦਾ ਵਾ ਜਦੋਂ ਕੋਈ ਵੀ ਮੈਚ ਚੱਲਦਾ ਹੋ ਨਾ ਉਹਦੇ ਵਿੱਚ ਜਦੋਂ ਲੱਗਦਾ ਕਿ ਟੀਮ ਤਕੜੀ ਆ ਇਹਨੂੰ ਹਰਾਉਣਾ ਵਾ ਉਹ ਹਰਾਉਣ ਵਿੱਚ ਕੀ ਹੁੰਦਾ ਵਾ ਕਿ ਜਦੋਂ ਬੱਚਾ ਨੰਬਰ ਲੈ ਕੇ ਆਉਂਦਾ ਉਹ ਕਿਤੇ ਨਾ ਕਿਤੇ ਉਹਦੀ ਮਿਸ ਕਰ ਜਾਂਦੇ ਆ ਕਿ ਨਹੀਂ ਇਹ ਨੰਬਰ ਇੱਧਰ ਲੱਗਾ ਕਾਫੀ ਤੂੰ ਤੂੰ ਮੈਂ ਕਾਫੀ ਹੁੰਦੀ ਆ ਪਰ ਨਹੀਂ ਜਦੋਂ ਉਹਨਾਂ ਸੋਚਿਆ ਹੁੰਦਾ ਕਿ ਅਸੀਂ ਇਸ ਟੀਮ ਨੂੰ ਜਿਤਾਉਣਾ ਵਾ ਕੁਛ ਵੀ ਹੋ ਜਾਏ ਤਾਂ ਉਹਨਾਂ ਜਿਤਾਉਣਾ ਹੀ ਆ ਕਦੇ ਤੁਹਾਨੂੰ ਫੇਸ ਕਰਨਾ ਪਿਆ ਹੋਵੇ ਬਿਲਕੁਲ ਬਠਿੰਡਾ ਦੇ ਵਿੱਚ ਕਰਨਾ ਪਿਆ ਸੀ ਮੈਨੂੰ ਕਬੱਡੀ ਦਾ ਮੇਰੇ ਕਮਲਜੀਤ ਦੇ ਅੱਗੇ ਕੀ ਚੁਣੌਤੀ ਆ ਗਈ ਸੀਗੀ ਉਸ ਮੈਂ ਦੇਖੋ ਉੱਥੇ ਬੈਸਟ ਰੇਡਰ ਵੀ ਸੀ ਤੇ ਬੈਸਟ ਸਟਾਪਰ ਸੀ ਦੋਵੇਂ ਚੀਜ਼ਾਂ ਸੀ ਉਹ ਕੀ ਕਰਦੇ ਸੀ ਕਿ ਬਠਿੰਡੇ ਦੇ ਵਿੱਚ ਅਸੀਂ ਖੇਡਣ ਗਏ ਸੀ ਤਾਂ ਉਹਨਾਂ ਨੇ ਕਿਹਾ ਬਠਿੰਡੇ ਨੂੰ ਅਸੀਂ ਗੋਲਡ ਦੇਣਾ ਇੱਥੇ ਪਰ ਸਾਡਾ ਕਾਫੀ ਉਹਨਾਂ ਨਾਲ ਕਾਫੀ ਤੂੰ ਤੂੰ ਮੈਂ ਜ਼ਿਆਦਾ ਹੋਈ ਲਾਸਟ ਉਹਨਾਂ ਨੇ ਸਾਨੂੰ ਕੀ ਕੀਤਾ ਜੋ ਸਾਡਾ ਪਹਿਲਾ ਟਾਈਮ ਸੀ ਉਹਦੇ ਵਿੱਚ ਸਾਡੇ ਜਿਹੜੇ ਨੰਬਰ ਹੈਗੇ ਸੀ ਉਹ 25 ਸੀਗੇ ਉਹਨਾਂ ਦੇ ਹੈਗੇ ਸੀਗੇ 15 ਉਸ ਤੋਂ ਬਾਅਦ ਹੌਲੀ ਹੌਲੀ ਸਾਡਾ ਸਟੈਪ ਵੱਧਦਾ ਗਿਆ ਲਾਸਟ ਵਿੱਚ ਉਹਨਾਂ ਨੇ ਸਾਨੂੰ ਨਹੀਂ ਪਤਾ ਕੀ ਕੀਤਾ ਜਿਹਦੇ ਵਿੱਚ ਸਾਨੂੰ 1 ਨੰਬਰ 'ਤੇ ਉਹਨਾਂ ਨੇ ਪਿੱਛੇ ਕਰ ਦਿੱਤਾ ਸੀਗਾ ਇੱਥੇ ਮਨ ਨਹੀਂ ਕਮਲ ਜੀ ਦੁੱਖਦਾ ਕਿ ਮਤਲਬ ਬੰਦਾ ਇੰਨੀ ਮਿਹਨਤ ਕਰਕੇ ਆਉਂਦਾ ਹੈ ਨਾ ਅਤੇ ਬਾਅਦ ਦੇ ਵਿੱਚ ਜੇ ਡਿਸਾਈਡ ਹੀ ਕੀਤਾ ਹੁੰਦਾ ਤਾਂ ਫਿਰ ਪਹਿਲਾਂ ਹੀ ਦੱਸ ਦੇਣ ਫਿਰ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਕੀ ਲੱਗਦਾ ਹੁੰਦਾ ਵੀ ਇਹੋ ਜਿਹੇ ਲੋਕਾਂ ਨੂੰ ਲੋਕਾਂ ਦੇ ਲਈ ਕੀ ਕਰਨਾ ਚਾਹੀਦਾ ਆਪਣੇ ਆਪ ਨੂੰ ਕਿੰਨਾ ਕੁ ਤਿਆਰ ਕਰਕੇ ਉਹਨਾਂ ਦੇ ਅੱਗੇ ਰੱਖਣਾ ਚਾਹੀਦਾ ਵੀ ਉਹਨਾਂ ਨੂੰ ਕੋਈ ਵੀ ਸਾਡਾ ਨੈਗੇਟਿਵ ਪੁਆਇੰਟ ਆ ਜਾਂ ਸਾਡਾ ਕੋਈ ਮਾਈਨਸ ਪੁਆਇੰਟ ਉਹ ਨਜ਼ਰ ਨਾ ਆਵੇ ਜਾਂ ਇਹ ਲੋਕਾਂ ਨੇ ਪਹਿਲਾਂ ਹੀ ਮਿੱਥਿਆ ਹੁੰਦਾ ਜੇ ਫਿਰ ਸਾਨੂੰ ਤਿਆਰੀ ਕਿਉਂ ਕਰਨ ਦਿੱਤੀ ਜਾਂਦੀ ਫਿਰ ਅਸੀਂ ਕਿਉਂ ਇੰਨਾ ਆਪਣਾ ਟਾਈਮ ਵੀ ਇਨਵੈਸਟ ਕਰਦੇ ਹਾਂ ਆਪਣੇ ਆਪ ਨੂੰ ਵੀ ਇਨਵੈਸਟ ਕਰਦੇ ਹਾਂ ਕਿਉਂ ਕਰਦੇ ਹਾਂ ਕਦੇ ਆਇਆ ਕੁਐਸਚਨ ਮਾਰਕ ਇਦਾਂ ਮੈਮ ਦੇਖੋ ਬਹੁਤ ਕੁਝ ਹੁੰਦਾ ਵਾ ਜੇ ਇਹ ਚੀਜ਼ ਸੋਚਣ ਲੱਗ ਪਈਏ ਨਾ ਅਸੀਂ ਕਿ ਇਹ ਸਾਨੂੰ ਇਹਨਾਂ ਨੇ ਸਾਨੂੰ ਇੱਦਾਂ ਕੀਤਾ ਅੱਗੇ ਨਹੀਂ ਜਾਣਾ ਹੈਗਾ ਪਰ ਨਹੀਂ ਇਹ ਉਸ ਤੋਂ ਵੀ ਜ਼ਿਆਦਾ ਅਸੀਂ ਮਿਹਨਤ ਕਰਦੇ ਹਾਂ ਨੈਕਸਟ ਉਹਨਾਂ ਬੱਚਿਆਂ ਨੂੰ ਅਸੀਂ ਮਤਲਬ ਕਿ ਉਸ ਗੇਮ ਦੇ ਵਿੱਚ ਹੀ ਹਰਾ ਦਿੰਦੇ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਟੀਮ ਜਿੱਤ ਰਹੀ ਸੀ ਅਸੀਂ ਇਹਨਾਂ ਦੇ ਨਾਲ ਇਸ ਵੇਲੇ ਬੇਈਮਾਨੀ ਕੀਤੀ ਆ ਪਰ ਸਾਨੂੰ ਉਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਮਿਹਨਤ ਜ਼ਰੂਰ ਕੀਤੀ ਹੁੰਦੀ ਇਹਦੀ ਪਰ ਅਸੀਂ ਕੁਛ ਕਰ ਨਹੀਂ ਸਕਦੇ ਅਸੀਂ ਆਪਣੀ ਸਾਡੀ ਮਿਹਨਤ ਦੇਖ ਦਈਏ ਕਿਉਂਕਿ ਜਿਹੜਾ ਕੋਈ ਵੀ ਜਿਹੜਾ ਮਿਹਨਤ ਦਾ ਫਲ ਆ ਚਾਹੇ ਜਿਹੜਾ ਬੰਦਾ ਸਾਹਮਣੇ ਤੁਹਾਡੇ ਖੇਡ ਰਿਹਾ ਉਹਨੂੰ ਪਤਾ ਹੁੰਦਾ ਵਾ ਕਿ ਬੰਦਾ ਕਿੰਨੀ ਪਾਵਰ
हो सकता सच भी हो, बट मेरे ना जिन्नी लड़कियां खेलदियां सी चाहे लड़के खेलते कदे भी कोई नशे वाली गलबात नहीं होंगी, पूरी अपनी मेहनत के नाल खेलीदा हुंदा सी। बाकी जे गल आ गई हुण नशे की, तो मैं तो यही गल कहूँगी जिहड़ी इन्हां चीज़ां नूं ते ब्लेम लाए जांदे आ, इन्हां नूं इन्हां तों दूर करना चाहिए वा। मतलब बच्चों कुछ इवें दे बन जाना चाहिए वा कि वह इन्हां ते उंगल ना उठा सके। ये नशा जरूर आ, क्योंकि नशा साडे देश विच इक घर कर चुका वा, जिन्हों हर एक ही मतलब कॉलेज में बच्चा जाता वह भी करता वा, चाहे फ्री बच्चा बैठा वह भी करता। नशे का कारण एक होर भी है मैम, बेरोज़गारी। जो बंदे नूं किते काम नहीं मिलता है, वो पढ़ लिख के डिग्रियां लैके बैठ जाता वा, तो वह एक ही मोटिव बन जाता वा कि हुण सिर्फ मैं इधर ही जाना, मतलब कि गलत लाइन चुननी आ तो उत्थे ही जाना वा, मैनूं इधर जाके मेहनत का कुछ नहीं मिलता है, इस करके नशे वाल पै जाता। एनसीसी की है तो उसके दौरान एनएस की है, उसके दौरान थानू किन्ने मतलब इनकरेज किया भी तू आ कर सकती है इस फील्ड के चले जा, जां ये डिप्लोमा तेरे लिए जरूरी है? ये डिप्लोमा के पहले तो सानू दसो हुंदा की है ये, जे कोई इसे बच्चे ने लैना तो वो क्यों जरूरी बन जाता? मैम देखो, एक अथलैटिक का डिप्लोमा, खो खो का डिप्लोमा, कबड्डी का डिप्लोमा, वक्रे वक्रे डिप्लोमे जिदा डी पी एड होंगी है, ये सारे ये एक एन आई एस का डिप्लोमा हों, एक साल का भी हों, तीन महीने का भी हों और डेढ़ महीने का भी हों, जिदे मैं डेढ़ महीने का किया। मेरे को नैशनल के सर्टिफिकेट से, उन्होंने बिहावते मैं एक सीट मिली सी, मैं पटियाला फॉर्म भरे से जिसकी सीट मैं बॉम्बे मिली सी, और मैं डेढ़ महीना किया। और जो असं उत्थे जाके ट्रेनिंग देंगे ना, वो ट्रेनिंग सानू दो घंटे सुबह दो घंटे शाम को ग्राउंड में, ग्राउंड तो असं बाहर बिल्कुल भी नहीं जा सकते, इन्ना ज़्यादा हार्डवर्क हों, चाहे मतलब कि उत्थे वड्डा वा चाहे छोटा वा सेम आ सारे लिए। अगर वो असं डेढ़ महीने डिप्लोमा किया, वह साढ़िया 24 गेम होंगे अथलैटिक दियाँ, 24 दी 24 सानू ट्रेनिंग दी जाती है, जो असं गां जाके बच्चों दे सकते, एक बहुत ही वधिया बेस आ। तुसी अपने बेस से भी बच्चों को ट्रेनिंग दे सकते हो, अगर तुहानू कितें जॉब मिल जाए तो भी अच्छा। जी पर जे देखा जाए तो स्पेशली औरत नू हर एक फील्ड दे विच हर एक किते दे विच जान लगे, फैमिली वालों कई बार बड़ी प्रॉब्लम्स आउंदियां ने, जे फैमिली वालों नहीं आउंदियां तो आले दुआले तो बड़ी प्रॉब्लम्स आउंदियां ने, मतलब किते ना किते एक औरत नू रोकण दे लई बड़े हथकंडे अपनाए जांदे ने। ओह की लगदा तुहानू कि तुहाडे नाल जे नहीं होया होएगा, होया जां नहीं होया ये तुसी हुण क्लीयर करोगे, पर जे ना औरतां दे नाल हुंदा उहनां नू की करना चाहिए? मैम देखो, वैसे मैनू तो मेरी फैमिली ने पूरा सपोर्ट किया वा, कोई प्रॉब्लम नहीं आई हैगी इदां दी, जे कि आँदी भी सी उन्होंने समझाया जाता सीगा भी ये चीज़ मेरे लिए जरूरी आ, इहदा गाड़ी फ्यूचर में रिजल्ट मिलेगा। अगर जे किसी लड़की नू चाहे मैरिड चाहे अनमैरिड प्रॉब्लम आनी चाहिए आ, उहदी फैमिली नू उहदे नाल कोऑपरेट करना चाहिए वा, क्योंकि उन्होंने भी हक है इस दुनिया से रहन दा, जीन दा, हर कुछ करन दा। वो कुछ माड़ा नहीं सी कर रही, वो कुछ तुहाडे लई कर रही सी। अगर वो तुहानू घर रोटी बना के दे सकदी, सारे काम करदी आ, बच्चों नू सांभदी आ, की गल हुण इह नहीं हैगा भी वो अपनी मन मर्जी नाल कुछ काम कर सके, वो कोई माड़ा थोड़ी काम हैगा। मैं कहनी स्पोर्ट्स जाने लई लड़कियां नू बहुत ज़्यादा प्रॉब्लम आ रही है, थोड़ी नहीं आ रही, ज़्यादा आ रही है, पर बच्चों नू थोड़ा जा पेरेंट्स नाल कोऑपरेट करना चाहिए और पेरेंट्स नू बच्चों नाल करना चाहिए। पहले जो तुसीं देखदे सीगे ते उदों बहुत आंदा हुंदा सीगा कि स्पोर्ट्स दे विच बहुत कुड़ियां जा रही, पर हुण की लगदा नहीं कि कुड़ियां थोड़ियां जिहियां बैक स्टेप लै गईयां ने, स्पोर्ट्स दे विच थोड़ी गिणती कुड़ियां दी घट गई है, उहदा की कारण समझ सकदे आ आपां? मैम आइलैंड्स जब लोगों का हर एक का बेस बन चुका वा कि असी बाहर ही जाना वा, क्योंकि सानू इंडिया में कुछ नहीं मिलना। जे एक बच्चा स्पोर्ट्स भी करता ना, स्पोर्ट्स करके हट जाता वा। जिस तरह ला लो कि मैं तीन बार भर्ती होने गई सी, एक बार मैंने हाइट तो कढ़ दिता सी उन्होंने, दूसरी उन्होंने बोलिया सीगा कि स्पोर्ट्स की अजे भर्ती नहीं आई हैगी, इस करके तुसी चले जाओ, जो स्पोर्ट्स की भर्ती आएगी उदों तुहानू सद्या जाऊगा। कुछ कारण यह भी होंगे जिदा करके बच्चे प्लस टू करते हैं और करके आइलैट्स करके वह बाहर चले जाते हैं। मेन मुद्दा साडे देश में जिहड़ी बेरोज़गारी है ना, उहदा ही आ, उहदे कारण ही बच्चे इत्थे रहना नहीं चाहते, क्योंकि उन्होंने हक नहीं मिलते हैं, इस करके वो सारे बाहर ही जाना पसंद करते हैं। वैसे कि कोई सरकार का रोल होवे कि सरकार की भूमिका जी होंगी तो शायद कुड़ियाँ रह लिया स्पोर्ट्स के लगता है कि सरकार की भूमिका जी नहीं रही है स्पोर्ट्स के उदा तो बहुत कहा जाता है कि सरकार जी चाहती है कि बच्चे स्पोर्ट्स के बच्चे जोड़े ने मतलब जोड़े नौजवानी आ नशियां तो मुक्त हो जाएगी, ज़्यादा उन्हों का ध्यान जोड़ा वो स्पोर्ट्स वाल जाएगा, कि लगता है कि सरकार अपनी चंकी भूमिका निभा सकी? अज जो असं रिजल्ट थोड़े को भी सुन रहे हैं कि कुड़ियाँ घट जा रही ने स्पोर्ट्स के। मैम एक्चुअली क्या वा, सरकार दा विच बिल्कुल भी सपोर्ट नहीं ज़्यादा हैगी, क्योंकि अगर असी कुछ देखी जाइए ग्राउंडा देखिए, स्कूल दियां सरकारी स्कूल देखिए, उन्हां दियां इमारतां भी इन्नियां वधिया नहीं, उन्हां दियां ग्राउंडा भी इन्नियां ज़्यादा वधिया नहीं, इन्ने स्टेडियम कितें भी वधिया नहीं हैगे, जिहदा कारण यह भी आ। अगर सानू स्टेडियम वधिया मिल जाना, बच्चों नूं थोड़ी सहूलत मिल जाए, उन्हां नूं जिद्दां स्टडी आ, हुण कई बच्चे इदां दे खर्चा नहीं कर सकते, उन्हां नूं सपोर्ट की जाए गवर्नमेंट वालों, उन्हां दे खर्चे पे किए जाण, उन्हां दे खेडण विच थोड़े बहुत खर्चे किए जाण, जिहदा करके जिहड़े बच्चे उह गांह जा सकदे आ।
ਤੁਸੀਂ ਕਮਲ ਜੀ ਜ਼ਿਕਰ ਕਰ ਰਹੇ ਸੀ ਵੀ ਤੁਸੀਂ ਨੈਸ਼ਨਲ ਤੱਕ ਖੇਡ ਕੇ ਆਏ ਹੋ ਹਨਾ ਜੇ ਗੱਲ ਕੀਤੀ ਜਾਵੇ ਨੈਸ਼ਨਲ ਤੱਕ ਜਾਣਾ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹਨਾ ਕਿ ਸਰਕਾਰ ਦਾ ਕਦੇ ਤੁਹਾਨੂੰ ਸਹਿਯੋਗ ਮਿਲਿਆ ਹੋਵੇ ਜਾਂ ਜਿਸ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਆ ਕਦੇ ਉਸ MLA ਨੇ ਤੁਹਾਡੇ ਨਾਲ ਗੱਲ ਕੀਤੀ ਹੋਵੇ ਕਿ ਕਮਲਜੀਤ ਪੁੱਤ ਤੂੰ ਬਹੁਤ ਅੱਛਾ ਕੰਮ ਕਰ ਰਹੀ ਆ ਤੂੰ ਆਪਣੇ ਏਰੀਏ ਨੂੰ ਵੀ ਸੁਲਤਾਨਪੁਰ ਲੋਧੀ ਨੂੰ ਵੀ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਪੂਰੇ ਪੰਜਾਬ ਨੂੰ ਤੁਸੀਂ ਉਸ ਲੈਵਲ ਤੇ ਲੈ ਕੇ ਜਾ ਰਹੇ ਹੋ ਕਿ ਪੂਰੇ ਪੰਜਾਬ ਦਾ ਇੱਕ ਧੀ ਜਿਹੜੀ ਆ ਉਹ ਨਾਮ ਰੋਸ਼ਨ ਕਰ ਰਹੀ ਆ मैं इदा का कदम भी कुछ नहीं होया है एक्चुअली की सी जो मैं नैशनल हूँ कर रही हूँ वो मास्टर लैवल से कर रही थी जिदे कदे कोई सरकार का किसी भी किसी संस्था का कोई भी सपोर्ट नहीं हैगी ना ही उन्होंने कदे पूछा वा असी हूँ इस टाइम मैं वर्ल्ड लैवल से 105 किलोमीटर साइकलिंग की है 22 नवंबर में जिदा मेरा टाइम हैगा 5 घंटे 37 मिनट टोटली रैसट पा के 6 घंटे 11 मिनट बनया एक वर्ल्ड रिकॉर्ड सगा वो भी नहीं किसी को पता है कि इन्हें बच्चों ने किया वा तो असी इन्हों कि एपीशिएट करिए इन्हों बुलाइए बिल्कुल क्योंकि हौसला अफजाई होंगी जिद बच्चे होर गांह तुरते हैं कुछ अपने लैवल से ही कुछ जो सा फ्रेंड सर्कल चाह जान पछाण है उन्होंने कोई सोचा सी हूँ कि असी तुम मतलब कि बुलावे सम्मानित करा देखो कदों बारी आँदी है जो कुछ कहा नहीं जा सकता हाँ जी यी चलो स्पोर्ट्स की गल है ना थोड़े खिते की गल थोड़े लिए गल है ना तो उन्होंने बच्चों असी मतलब स्पेशली गर्ल्स नू मोटिवेट करने के लिए गल की सी कि स्पोर्ट्स के स्पेशली कुड़िया की चुनौतियां आदियां ने जो आदि तो उन्होंने किमें पार करना चाहिए जो असी खून के माहौल की गल करिए बहुत सारे कुड़िया के रेप हो रहे हैं बहुत सारे शोषण का शिकार हो रही ने दूसरे पास जो गल करिए जो असं ट्रैवल करते हैं आने जाने तो उदों भी असी कई बार जो शरीरिक शोषण का शिकार नहीं होंगे पर असी गलों का शिकार हो जाने उस चीज नूं किवें दे दे क्योंकि तुसी तां बहुत ज्यादा ट्रैवल जिहड़ा करदे हो कदे तुहाडे नाल इदां होया होवे जां जिन्हां नाल हुंदा उहनां नूं की करना चाहीदा मतलब ऑन दी स्पॉट मैम एक्चुअली फिलहाल तो इदां दी गल हुंदी नहीं जे हो भी जावे नॉर्मल हुंदी इग्नोर कर दो सुनदा ही नहीं हुंदा कुछ भी अगर जे ज्यादा कोई तंग करे उहनूं एक जां दो चांस दे दिंदे आ अगर नहीं उह सुधरदा तीजी वारी उह थप्पड़ जड़ देईदा वा चौथी वारी उह कदे भी लागे नहीं आंदा हैगा मेरा तो वैसे यही रूल आ मैनूं होर किसे दा अजे ज्यादा नहीं पता कुछ लड़कियां जिहड़ियां वा उह डर जांदियां वा इन्हां चीज़ां तों सॉफ्ट कौन मैं यही गल कहूँगी जिहड़ी अज दियां कुड़ियां वा इन्हां नूं सॉफ्ट नहीं बनना चाहिए कदे भी चाहे असी कपड़े पाए आ वधिया पाए आ स्टैंडर्ड दे पाए आ असी वधिया टौर कढ़िया बट अपने आप नूं इदां दे बना के जाओ कि तुहाडे ते कोई उंगल ना चक सके तुहानूं कोई तंग ना कर सके मेरा तो यही कहना वा कदे भी इदां दी प्रॉब्लम नहीं आऊगी बाकी जिहड़ी गल रेप केस वाली हैगी आ वो तो साढ़े लोगों को सोचना चाहिए वा अगर असी बाहर किसी की कुड़ी ने यह करते हैं साढ़े घर च भी धीं वा जी सू माँ ने जन्म दिता वह भी एक औरत वा ठीक है ना जिदे रखड़ी बांधे वह भी एक औरत ये सानू आप नू सोचना चाहिए वा कि असी ये काम नहीं करना है जे सारे लोग सियाने हो जाए तो मैनू नहीं लगता कदे भी साढ़े इंडिया चाहे पंजाब किसी भी जगह पर रेप वधनगे बल्कि एक माहौल वधिया बन जूगा हुण जिस तरह मैं बॉम्बे रही सी 1.5 महीना मैनू कदे प्रॉब्लम नहीं आई उत्थे जिस तरह मर्जी तुसीं तुरे जाओ कोई किसी कुछ नहीं कहिंदा एक तो शहर वड्डा सी एक तो माहौल इदा का सगा कि असी रात को भी जो सू छुट्टी होंगी सी जाते सू कदे प्रॉब्लम नहीं किसी तरह भी आई जिन्नी प्रॉब्लम मैं देखा निके निके शहर कुड़ियों आ रही स्पेशली पिंडां दे विच ला लो है ना कि पिंडां दे विच आ रही जिस तरह हुण दिल्ली विच देखो उत्थे भी काफ़ी प्रॉब्लम्स हैगियां उत्थे लड़कियों को बहुत ज़्यादा प्रॉब्लम आ चाहे होर छोटे छोटे शहर ला लो उन्हां च प्रॉब्लम हैगियां वा पिंडां च इन्ना ज़्यादा नहीं हैगियां क्योंकि मैं पिंड विच रह रही हूँ पिंड दे माहौल अच्छे आ 100 चों कितें एक होगा नहीं तो नहीं कोई प्रॉब्लम नहीं रात को भी घूमते रहने मैं सवेरे दौड़ लाने भी जाती हाँ 5 बजे जाइए वा 4:30 उठ के असं साइकलिंग कर जाते हैं कभी भी इदा की प्रॉब्लम नहीं आई है मैं यही चाहूँगी कि लड़कियों थोड़ा जा अपने आप से स्ट्रोंग बनना चाहिए कॉन्फिडेंस रखना चाहिए वा वधिया बनना चाहिए वा दूसरे पास हूँ असं जो किसानी पर गल लीए तो तुम भी किसान की धी हो है ना तो किसानी बड़ी नज़दीकी तो जानते हो भी जेडे 3 आर्डिनेंस लागू किए गए तो उन्होंने लेके बड़ा व्डा अंदोलन जोड़ा किसानों वालों उलीकया गया पर जो असं दूसरे पास गल करिए बॉलीवुड स्टार ने कंगना उन्हां दी ट्वीट आउंदे ने बहुत सारिया ट्वीट उन्होंने किसानी विरोध कीतियां ने हुण ही हाल दे विच जिहड़ी उन्होंने एक ट्वीट की सी उह ट्वीट दे विच उन्होंने कहा सीगा कि इह एक बजुर्ग की फोटो पा के उन्होंने ट्वीट की सी कि बजुर्ग 100-100 रुपए दे विच आउंदियां ने अंदोलनां ते इहनूं किवें जस्टिफाई करदे हो वी किन्ना कु सही सी कंगना दा इह ट्वीट करना ते इह गल नूं कहना मैम देखो सब तो वड्डी गल इह आ कि जिहड़ा किसान दा अंदोलन चल रहा ना उह इक वास्ते नहीं किसान वास्ते नहीं गा वो हर एक बच्चे बच्चे वास्ते आ जरा शहर में रह रहा चाहे पिंड रह रहा इस देश के दे किसी भी कोने या बहर है ना उन्हें सारे वास्ते किसानी का जो अंदोलन आ सारे वास्ते एक आ बिल्कुल अगर किसान अन्न नहीं उगाऊगा तो आप खावे कितों मेन अन्नदाता साडा वह वा सानू सपोर्ट करनी चाहिए आ रही गल कंगना जी की रही गल साडे जो बजुर्ग माता से बजुर्ग माता जिहड़ियां घरे ना बच्चों रोटियां खवादियां वा इन्हों पालदियां पोसदियां वड्डियां करदियां सारे घर के काम करदियां पट्ठे तक पाउंदियां वा वो नाल नहीं जा सकदियां क्यों नहीं खड़िया हो सकदियां जो पायलट बन सकदियां वा तो खेतर च क्यों नहीं खड़िया हो सकदियां वो किसान ना खड़िया हो सकदियां वा जिहड़ी गल रही कंगना जी की वो वेख सकदी आ पर साडियां मावां नहीं वेख सकदियां क्योंकि असी किसान कदे नहीं वेख सकदे
किसान की किसान कोई भी भरा खड़ा जिहड़ा जिहड़ा मर्जी होवे कदे नहीं वेख सकदा चाहे औरत है चाहे मर्द। की कह सकदे क्योंकि एक औरत नूं इहो जिहियां गल्लां कहणियां एक औरत वास्ते, दूसरे पासे जदों किसानी अंदोलन जदों जिद्दां जिद्दां अगे वध रिहा कदे उहनां नूं उग्रवादी कह देना कदे कुछ कह देना, इहो जिहियां टिप्पणियां जिहड़ियां ने ਉਹ ਕਿਸ ਬਹਿਕਾਵੇ ਚ ਆ ਕੇ ਕਰਦੀ ਹੋਏਗੀ? ਕਿਉਂਕਿ ਮੈਨੂੰ ਜਿੱਥੇ ਤੱਕ ਲੱਗਦਾ ਕਿ ਅੱਜ ਅੰਨਦਾਤਾ ਜਿਹੜਾ ਸੜਕਾਂ ਤੇ ਆ ਸਾਰਿਆਂ ਦੀ ਲੋੜ ਬਣ ਗਈ ਹੋਈ ਹੈ ਕਿ ਇਸ ਅੰਦੋਲਨ ਦਾ ਹਿੱਸਾ ਬਣਨਾ ਬੜਾ ਜ਼ਰੂਰੀ ਹੈ। ਉਹ ਸਾਰਿਆਂ ਨੂੰ ਹੀ ਬਣਨਾ ਚਾਹੀਦਾ, ਇਕੱਲੇ ਇੱਕ ਦਾ ਮਸਲਾ ਨਹੀਂ ਹੈ ਇਹ, ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ, ਕਿ ਸਾਰਿਆਂ ਨੂੰ ਕਿਸਾਨੀ ਦੇ ਨਾਲ ਜਿਹੜਾ ਜੁੜ ਕੇ ਹੱਲਾ ਜਿਹੜਾ ਉਹ ਮਾਰਨਾ ਚਾਹੀਦਾ ਤਾਂ ਕਿ ਤਿੰਨਆਰਡੀਨੈਂਸ ਜਿਹੜੇ ਨੇ ਉਹ ਵਾਪਸ ਕਰਵਾਏ ਜਾ ਸਕਣ। ਪਰ ਦੂਸਰੇ ਪਾਸੇ ਬਾਰ ਬਾਰ ਟਵੀਟ ਕਰਨਾ, ਕਿਉਂਕਿ ਹੁਣ ਇਹ ਸੋਸ਼ਲ ਮੀਡੀਆ 'ਤੇ ਵੀ ਇੱਕ ਮੁੱਦਾ ਬਣ ਗਿਆ ਹੋਇਆ, ਸੋਸ਼ਲ ਮੀਡੀਆ 'ਤੇ ਵੀ ਜਿਹੜੇ ਲੋਕ ਦਿੱਲੀ ਨਹੀਂ ਜਾ ਸਕਦੇ ਜਾਂ ਉਹਨਾਂ ਦੇ ਵਿੱਚ ਨਹੀਂ ਮੌਜੂਦ ਹੋ ਸਕਦੇ ਉਹ ਸੋਸ਼ਲ ਰਾਹੀਂ ਜਿੰਨਾ ਵੀ ਉਹ ਆਪਣੇ ਆਪਣੇ ਲੈਵਲ 'ਤੇ ਇੱਕ ਕਿਸਾਨੀ ਅੰਦੋਲਨ ਨੂੰ ਅੱਗੇ ਕਰ ਸਕਦੇ ਨੇ, ਸਾਰੇ ਆਪਣੇ ਆਪਣੇ ਲੈਵਲ 'ਤੇ ਕਰ ਰਹੇ ਨੇ। ਪਰ ਇਹੋ ਜਿਹੇ ਟਵੀਟ ਕਰਨਾ ਕੰਗਣਾ ਦੇ ਲਈ ਕਿੰਨਾ ਕੁ ਵਾਜਬ ਆ, ਕੀ ਲੱਗਦਾ? ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈਗੀ ਕੰਗਣਾ ਵਾਸਤੇ, ਕਿਉਂਕਿ ਉਹ ਵੀ ਇੱਕ ਔਰਤ ਆ, ਉਹ ਹੋ ਸਕਦਾ ਪੈਸੇ ਲਈ ਸਾਰਾ ਕੁਝ ਕਰਦੀ ਹੋਵੇ, ਉਹਨੂੰ ਖਰੀਦਿਆ ਗਿਆ ਹੋਵੇ, ਉਹਨਾਂ ਨੂੰ ਸਰਕਾਰ ਨੇ ਖਰੀਦਿਆ ਗਿਆ ਹੋਵੇ, ਉਹ ਇਸ ਲਈ ਸਾਰਾ ਕੁਝ ਕਰਦੀ ਹੋਵੇ, ਪਰ ਉਹਦੇ ਲਈ ਸਹੀ ਨਹੀਂ ਹੈਗਾ ਕਿਉਂਕਿ ਉਹ ਇੱਕ ਔਰਤ ਆ। ਖੁਦ ਸੋਚੇ ਕਿ ਉਹ ਵੀ ਕਿਸੇ ਦੀ ਭੈਣ ਆ, ਕਿਸੇ ਦੀ ਮਾਂ ਆ, ਕਿਸੇ ਦੀ ਬੇਟੀ ਆ। ਇਹ ਜਿਹੜੀ ਗੱਲ ਹੈਗੀ ਉਹ ਗਲਤ ਆ ਮੇਰੇ ਖਿਆਲ 'ਚ, ਕਿਉਂਕਿ ਮੈਂ ਕਹਿੰਦੀ ਜੇ ਉਹ ਇੱਕ ਔਰਤ ਆ ਨਾ, ਜੇ ਉਹ ਕਹਿਣਾ ਚਾਹੁੰਦੀ ਇਹ ਗੱਲ ਕਿ ਇਹ 100 ਤੇ 150 ਤੇ ਵੇਚਦੀਆਂ, ਤਾਂ ਉਹ ਕਿਸਾਨਾਂ ਦੇ ਵਿੱਚ ਆਣ ਕੇ ਕਹੇ, ਉਹਨੂੰ ਫਿਰ ਦੱਸਿਆ ਜਾਵੇਗਾ ਕਿਸਾਨ ਹੁੰਦੇ ਕੀ ਆ, ਕੌਣ ਹੁੰਦਾ ਪੈਸੇ ਨਾਲ ਵਿਕਣ ਵਾਲਾ, ਉੱਥੇ ਉਹਨੂੰ ਦਾ ਜਵਾਬ ਮਿਲੂਗਾ। ਉਹ ਪੜਦੇ ਵਾਲੇ ਸਾਰੇ ਕਹਿ ਸਕਦੇ, ਮੈਂ ਵੀ ਕਹਿ ਸਕਦੀ ਹਾਂ, ਪੜਦੇ ਵਾਲੇ ਕੋਈ ਕਿਸੇ ਨੂੰ ਕੁਛ ਵੀ ਕਹਿ ਸਕਦਾ, ਸਾਹਮਣੇ ਕਹਿ ਕੇ ਦਿਖਾਓ, ਖੜੇ ਨਾ ਸਾਰੇ ਦਿੱਲੀ ਦੇ ਵਿੱਚ ਜਾ ਕੇ, ਆਪਣਾ ਹੱਕ ਮੰਗ ਰਿਹਾ, ਕਿਹਦੇ ਵਾਸਤੇ ਮੰਗ ਰਿਹਾ? ਸਾਡੇ ਸਾਰਿਆਂ ਵਾਸਤੇ ਮੰਗ ਰਿਹਾ, ਅਸੀਂ ਉੱਥੇ ਕਿਉਂ ਨਹੀਂ ਖੜੇ ਹੁੰਦੇ? ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਪੜਦੇ ਦੇ ਪਿੱਛੇ ਹੋ ਕੇ ਨਹੀਂ, ਜੋ ਕਰਨਾ ਸ਼ਰੇਆਮ ਕਰਨਾ ਚਾਹੀਦਾ। ਹੁਣ ਜੇ ਸੋਚਿਆ ਜਾਵੇ ਹਾਲੀਵੁੱਡ ਵਿੱਚ ਲਾ ਲਓ, ਸਨੀ ਦਿਓਲ ਜੀ ਆ, ਮੈਂ ਉਹਨਾਂ ਦੀਆਂ ਮੂਵੀਜ਼ ਬਹੁਤ ਜ਼ਿਆਦਾ ਦੇਖਦੀ ਹੁੰਦੀ ਸੀ ਕਿ ਇਹ ਸ਼ਾਇਦ ਇਹ ਮੂਵੀਜ਼ ਬਣਾ ਰਹੇ, ਰੀਅਲ 'ਚ ਵੀ ਇਹ ਕੁਛ ਕਦੇ ਕਰਨਗੇ, ਪਰ ਨਹੀਂ, ਸਾਰਾ ਕੁਛ ਉਲਟ ਹੋ ਚੁੱਕਾ। ਉਹ ਜੋ ਮੂਵੀ 'ਚ ਕਰਦੇ ਆ ਉਹਦੇ ਉਲਟ ਉਹ ਮੋਦੀ ਜੀ ਦੇ ਨਾਲ ਕਰ ਰਹੇ ਆ, ਬੈਠੇ ਨੇ ਉਹਨਾਂ ਨਾਲ, ਉਹ ਵੀ ਤਾਂ ਇੱਕ ਕਿਸਾਨ ਦਾ ਪੁੱਤ ਹੀ ਆ, ਇੱਥੋਂ ਹੀ ਗਿਆ ਵਾ, ਅਗਰ ਅੱਜ ਉਹ ਇੱਕ ਹੀਰੋ ਬਣ ਚੁੱਕਿਆ ਵਾ ਤਾਂ ਜੀਰੋ ਤੋਂ ਗਿਆ ਸੀਗਾ, ਪੰਜਾਬ 'ਚ ਉੱਠ ਕੇ ਉਹ ਬੰਬੇ ਗਿਆ ਸੀਗਾ, ਉਹਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ, ਉਹਨੂੰ ਵੀ ਉਹਦੀ ਫੈਮਿਲੀ ਨੂੰ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕਿਸਾਨੀ ਕਿੱਤੇ ਦੇ ਨਾਲ ਨੇ, ਇਹ ਬਹੁਤ ਸਾਰੇ ਬਾਲੀਵੁੱਡ ਦੇ ਵਿੱਚ ਨੇ, ਬਹੁਤ ਸਾਰੇ ਪਾਰਟੀ ਦੇ ਵਿੱਚ ਵੀ ਨੇ, ਕੀ ਲੱਗਦਾ ਕਿ ਅੱਜ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ? ਬਾਰ ਬਾਰ ਕਿਸਾਨਾਂ ਦੀ ਮੀਟਿੰਗ ਹੁੰਦੀ ਹੈ ਪਰ ਸਿੱਟਾ ਕੋਈ ਨਹੀਂ ਨਿਕਲ ਰਿਹਾ, ਕਿ ਇਹਨਾਂ ਹੁਣ ਬਾਰ ਬਾਰ ਦੂਸਰੇ ਪਾਸੇ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਕਿਸਾਨੀ ਅੰਦੋਲਨ ਨੂੰ ਭੜਕਾਇਆ ਵੀ ਜਾ ਸਕਦਾ, ਕਿਉਂਕਿ ਬਾਰ ਬਾਰ ਜਦੋਂ ਬੈਠਕਾਂ ਹੋ ਰਹੀਆਂ ਨੇ, ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਸਿੱਟਾ ਕੋਈ ਨਹੀਂ ਨਿਕਲ ਕੇ ਆ ਰਿਹਾ। ਇਹਨੂੰ ਕਿਵੇਂ ਦੇਖਦੇ ਹੋ ਕਿ ਅੱਜ ਜੇ ਕਿਸਾਨੀ ਦੇ ਲਈ ਹਰ ਇੱਕ ਬੱਚਾ ਬੱਚਾ ਵੀ ਆਪਣੇ ਘਰੋਂ ਗਿਆ ਹੋਇਆ ਹੈ, ਇੱਕ ਮਾਂ ਵੀ ਸਾਡੀ ਉੱਥੇ ਜਾ ਕੇ ਬੈਠੀ ਹੈ, ਸਾਡਾ ਪਿਓ ਵੀ ਉੱਥੇ ਜਾ ਕੇ ਬੈਠਾ ਹੈ, ਪਰ ਹਜੇ ਵੀ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਕੋਈ ਸਿੱਟਾ ਨਹੀਂ ਕੱਢ ਰਹੀਆਂ, ਇਹਨੂੰ ਕਿਵੇਂ ਦੇਖਦੇ ਹੋ? ਮੈਮ ਦੇਖੋ, ਸਰਕਾਰਾਂ ਨੂੰ ਇਹ ਸਮਝ ਨਹੀਂ ਆ ਰਹੀ ਹੈਗੀ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਉਹਨਾਂ ਨੇ ਮੁਗਲ ਰਾਜ ਨਹੀਂ ਰਹਿਣ ਦਿੱਤਾ, ਉਹਨਾਂ ਨੇ ਕਿਸੇ ਦਾ ਰਾਜ ਨਹੀਂ ਰਹਿਣ ਦਿੱਤਾ, ਇੱਕ ਖਾਲਸਾ ਪੰਥ ਇਹੋ ਜਿਹਾ ਵਾ ਜਿਹੜਾ ਸਾਰਿਆਂ ਨੂੰ ਚਲਾ ਰਿਹਾ ਵਾ। ਬਿਲਕੁਲ, ਤੁਸੀਂ ਚਲੇ ਜਾਓ ਗੁਰਦੁਆਰੇ ਦੇ ਵਿੱਚ, ਸਭ ਨੂੰ ਉੱਥੇ ਹਰ ਚੀਜ਼ ਮਿਲੂਗੀ। ਇੱਕ ਗੁਰਦੁਆਰੇ ਸਿਵਾ ਕਿਸੇ ਵੀ ਇਤਿਹਾਸਕ ਥਾਂ ਦੇ ਵਿੱਚ ਕਿਸੇ ਨੂੰ ਲੰਗਰ ਨਹੀਂ ਮਿਲਦਾ, ਕਿਸੇ ਨੂੰ ਰਹਿਣ ਨੂੰ ਜਗ੍ਹਾ ਨਹੀਂ ਜ਼ਿਆਦਾ ਮਿਲਦੀ ਹੈਗੀ। ਰਹੀ ਗੱਲ ਇਹਨਾਂ ਦੀ ਰਾਜਨੇਤਾ ਦੀ, ਇਹ ਆਪਣੀ ਕੁਰਸੀਆਂ ਲਈ ਕਰ ਰਹੇ ਸਾਰਾ ਕੁਛ, ਚਾਹੇ ਉਹ ਪੰਜਾਬ ਦੇ ਆ ਚਾਹੇ ਬਾਹਰ ਦੇ ਆ। ਉਹਨਾਂ ਨੇ ਪਹਿਲਾਂ ਕੀ ਕਰਨਾ, ਜਾ ਕੇ ਬਿੱਲ ਪਾਸ ਕਰਾਤਾ, ਹੁਣ ਉਹ ਮਗਰ ਮਗਰ ਹੌਲੀ ਹੌਲੀ ਆਪਣੀ ਵੋਟਾਂ ਦੇ ਲਈ ਮਗਰ ਮਗਰ ਜਾਣਾ ਸ਼ੁਰੂ ਕੀਤਾ। ਪਰ ਮੈਂ ਇਹ ਗੱਲ ਕਹੂੰਗੀ, ਕਿਸਾਨਾਂ ਨੂੰ ਇੱਕ ਜੁੱਟ ਰਹਿਣਾ ਚਾਹੀਦਾ ਵਾ, ਇਹਨਾਂ ਦੇ ਮਗਰ ਬਿਲਕੁਲ ਨਹੀਂ ਲੱਗਣਾ ਚਾਹੀਦਾ। ਇਹ ਜਿਹੜੇ 3 ਆਰਡੀਨੈਂਸ ਕੀ ਪਾਸ ਕੀਤੇ ਇਹਨਾਂ ਨੇ, ਇਹਨਾਂ ਨੂੰ ਕੈਂਸਲ ਕਰਨਾ ਚਾਹੀਦਾ ਵਾ। ਮੇਰਾ ਮੁੱਦਾ ਜੀ, ਕਮਲ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਔਰਤਾਂ ਨੂੰ ਵੀ, ਸਪੈਸ਼ਲੀ ਜਿਹੜੀਆਂ ਔਰਤਾਂ ਕਿਸਾਨੀਆਂ ਦੇ ਨਾਲ ਹੈ ਤੇ ਜਿਹੜੀਆਂ ਇਸ ਟਾਈਮ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਬੱਚੀਆਂ ਦਿੱਲੀ ਦੇ ਵਿੱਚ ਪ੍ਰੈਜ਼ੈਂਟ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਵੀ ਇੱਕ ਔਰਤ ਹੋ, ਮੈਂ ਵੀ ਇੱਕ ਔਰਤ ਹਾਂ। ਮੈਂ ਇਹੀ ਗੱਲ ਕਹੂੰਗੀ, ਡਟ ਕੇ ਨਾਲ ਖੜੇ ਰਹਿਣਾ, ਸਾਡੀ ਵੀ ਕੋਸ਼ਿਸ਼ ਹੋਊਗੀ, ਅਸੀਂ ਵੀ ਇਹਨਾਂ ਦੇ ਨਾਲ ਉੱਥੇ ਜਾ ਕੇ ਡਟ ਕੇ ਉਸ ਮੈਦਾਨ ਦੇ ਵਿੱਚ ਖੜੇ ਹੋਈਏ ਤੇ ਉਸ ਕਿਲੇ ਨੂੰ ਅਸੀਂ ਫਤਿਹ ਕਰੀਏ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਮੈਮ। ਸੋ ਇਹ ਸੀ ਸਾਡੇ ਨਾਲ ਕਮਲਜੀਤ ਜੀ, ਸੋ ਜਿਹੜੇ ਅਕੈਡਮੀ ਖੋਲ੍ਹਣ ਲੱਗੇ ਨੇ, ਪਹਿਲਾਂ ਤਾਂ ਮਤਲਬ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਆ। ਤੁਸੀਂ ਵੀ ਸਾਰਿਆਂ ਨੇ ਬਹੁਤ ਸਾਥ ਦੇਣਾ ਹੈ ਕਿ ਜਦੋਂ ਇੱਕ ਔਰਤ ਇਹੋ ਜਿਹਾ ਬੀੜਾ ਚੱਕਦੀ ਹੈ ਤੇ ਅੱਗੇ ਵੱਧਦੀ ਹੈ ਤੇ ਆਪਣੀ ਉਹ ਮੰਜ਼ਿਲ ਨੂੰ ਪਾ ਲੈਂਦੀ ਜੋ ਉਹਨੇ ਸੁਪਨਾ ਪਹਿਲਾਂ ਛੋਟੇ ਹੁੰਦਿਆਂ ਤੋਂ ਦੇਖਿਆ ਹੁੰਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਮੁਕਾਮ ਜਿਹੜਾ ਉਹ ਹਾਸਲ ਕਰਨਾ। ਤੇ ਅੱਜ ਵਾਕਈ ਕਮਲ ਜੀ ਜਿਹੜੀ ਇੱਕ ਸਕਸੈਸਫੁਲ ਵੁਮੈਨ ਆ ਕਿ ਜਿਹੜੀ ਉਸ ਮੁਕਾਮ ਤੇ ਆ ਗਈ ਹੈ ਕਿ ਜਿਹੜੀ ਬਾਕੀਆਂ ਨੂੰ ਵੀ ਸਮਝਾ ਸਕਦੀ ਹੈ, ਬਾਕੀਆਂ ਨੂੰ ਵੀ ਕਰਵਾ ਸਕਦੀ ਹੈ, ਜਿਵੇਂ ਦੀ ਉਹ ਆਪ ਆ ਇੱਕ ਸਟਰੋਂਗ ਆ
कि आ चीज़ करनी है तो इस तरीके दे नाल दूसरे भी जिहड़े ने उहनू कर सकदे ने। पर जे असीं हालातां दी गल करिए, किसानी दी गल करिए, तो जिहड़े कंगना वल्लों ट्वीट आ रहे ने, सो इहो जे ट्वीट जिहड़े आ मैनूं लगदा इक औरत नूं औरत दे लई पाउणे चंगी गल नहीं है, जां किसानां दे लई चीज़ां नूं पाउणा चंगी गल नहीं है। तो अज हर एक नूं किसानी दे नाल तुरना चाहीदा तां कि जिहड़े आर्डिनेंस ने, क्योंकि दूसरे पासे जे असीं देखिए कनेडा दे वी जिहड़े लोग ने उहनां नूं वी पता लग गया, हर एक मुल्क दे लोकां नूं पता लग गया भी जिहड़े आर्डिनेंस ने किसानी दे हित दे विच नहीं ने। पर फिर भी समझ नहीं पा रहे असीं इस चीज़ नूं कि बीजेपी सरकार नूं क्यों नहीं समझ आ पा रही, जां की कारण ने कि बार बार मीटिंगां हो रहियां ने उहदे विच कोई सिट्टा नहीं कढ़िया जा रहा, कि हालात इसे तरह रहणगे जां वाकई किसान जिहड़े ने जिहड़े अपने घरां तों तुरे होए ने, अज दिल्ली कूच कीती होई है, दिल्ली दे विच बैठे ने, तो अपने घरां नूं कदों वापस परतणगे, कदों सरकार जिहड़ी आ वाकई अपना जिहड़ा काले कानून पास कीते ने जां जिहड़ा अपना फरमान दित्ता है तानाशाही उहनूं वापस लेगी, सो आउण वाला समां दसेगा। सो इस दे नाल मैनूं कीर्ति ते कैमरामैन शुभम गिल नूं दो इजाजत, धन्नवाद।